नेचुरल विजन सेंटर पटियाला। सेहत सुधार चैनल से साडे नाल जुड़े सारे दोस्तों जी आया, मैं गुरजिंदर सिंह। दोस्तों अज थोड़े नाल असी एक अजिहे डॉक्टर साहब की मुलाकात करवानी है, डॉक्टर बिक्रमजीत सिंह बिरक। बिरक साहब काफ़ी मशहूर ने पटियाला दे विच। जो किसी अखां की प्रॉब्लम है, अखां की दिक्कत है, हालांकि थोड़ी असी मरीजों नाल भी गलबात करावांगे, वह मरीज जिन्हां नूं अखां तों दिखना बिल्कुल बंद हो गया सी किसी की एक्सीडेंट दे विच, जां फिर किसी की शुगर करके जां होर समस्यावां करके जिन्हां दी अखां दी रोशनी चली गई थी, डॉक्टर बिरक वालों उन्हां दा इलाज करके उन्हां दा ट्रीटमेंट करके उन्हां दी अखां दी रोशनी मुड़ लियांदी गई। असीं खड़े हाँ, तुसीं साडे पिछे देख सकते हो नैचुरल विजन सेंटर पटियाला। जदों असीं पटियाला तों सरहंद जाने हाँ, सरहंद रोड ते पिंड पैंदा बारन, बारन डॉक्टर साहब दी क्लीनिक है। साडे नाल डॉक्टर साहब होणगे, मरीज भी होणगे, गल्लबात करांगे कि किवें किवें ट्रीटमेंट चलदा, किवें इलाज किया जाता, जो मरीज आए ने किहड़े-किहड़े मरीजां नूं किन्ने किन्ने समय तो प्रॉब्लम सी, अज किवें ने ठीक ने, किन्ने समय च ठीक होए, आओ सारी गल्लबात करदे आं। बजुर्गो की नाम है तुहाडा? मेरा नाम तनजीत सिंह जी। तनजीत सिंह, की तुहानूं प्रॉब्लम सी? मैनूं अखां तों थोड़ा कम दिखण लग पिया सी। अखां तों तुहानूं घट दिखदा सी, ते तुहाडी उमर किन्नी है? मेरी उम्र 70 साल के लगभग आ। 70 साल के थोनू ये पर उम्र थोड़ी 70 साल, अखा की रोशनी जो थोड़ी दिक्कत कदों आई, जो घटन लगी रोशनी? अखा की रोशनी तो हो गए 5-7 साल तो घटनी शुरू हो गई थी। साल रोशनी हाँ जी, हाँ जी, हाँ जी, हाँ जी। हूँ अज अही दूजी बारी आए हैं, पहली बारी आए थे उधर परसों। हाँ जी, उधर दूजी बार आए हो, जो पहली बार आए थे ਉਦੋਂ ਕੀ ਟ੍ਰੀਟਮੈਂਟ ਚੱਲਿਆ ਸੀ? ਉਦੋਂ ਤਾਂ ਸਾਡਾ ਸਿਰਫ ਟੈਸਟ ਕਰਾਇਆ ਸੀਗਾ। ਉਦੋਂ ਟੈਸਟ ਹੋਏ ਸੀ ਤੇ ਅੱਜ? ਅੱਜ ਅੱਖਾਂ ਦੇ ਵਿੱਚ ਇਹਨਾਂ ਨੇ ਦਾਰੂ ਪਾਏ ਨੇ। ਅੱਜ ਦਵਾ ਦਾਰੂ ਦਿੱਤੀ ਗਈ। ਡਾਕਟਰ ਵਿਰਕ, ਜਿਵੇਂ ਇਸ ਗੱਲ ਦਾ ਉਹ ਦਾਵਾ ਕਰਦੇ ਨੇ ਕਿ ਜੋ ਸਾਡੇ ਮਰੀਜ਼ ਆਉਂਦਾ ਸਾਡੇ ਇੱਥੇ ਇਲਾਜ ਕਰਾਉਣਾ, ਆਪਣਾ 20 ਮਿੰਟਾਂ ਦੇ ਵਿੱਚ ਉਹਨਾਂ ਨੂੰ ਫਰਕ ਦਿਖਦਾ, ਤੇ ਤੁਹਾਨੂੰ ਇੱਥੋਂ 20 ਮਿੰਟ ਤੋਂ ਜ਼ਿਆਦਾ ਸਮਾਂ ਹੋ ਗਿਆ ਬੈਠੇ ਨੂੰ, ਦਵਾ ਤੁਸੀਂ ਲੈ ਲਈ, ਕੋਈ ਫਰਕ ਲੱਗਿਆ? ਹਾਂਜੀ, 20 ਮਿੰਟਾਂ ਦੇ ਵਿੱਚ ਦਾਰੂ ਪਾਉਣ ਤੋਂ 20 ਮਿੰਟਾਂ ਦੇ ਬਾਅਦ ਅੱਖਾਂ 'ਚ ਕਾਫੀ ਰੋਸ਼ਨੀ ਦਾ ਫਰਕ ਪੈ ਗਿਆ। ਕਾਫੀ ਫਰਕ ਪੈ ਗਿਆ? ਹਾਂਜੀ, ਹਾਂਜੀ, ਕਾਫੀ ਸਾਫ਼ ਦਿਸਣ ਲੱਗ ਪਿਆ ਸੀਗਾ 20 ਮਿੰਟਾਂ ਦੇ ਵਿੱਚ ਹੀ। ਦੇਖੋ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਕਿ 20 ਮਿੰਟਾਂ ਦੇ ਵਿੱਚ ਹੀ ਸਾਡੀ ਦਵਾਈ ਦਾ ਅਸਰ ਦਿਖਦਾ। ਬਜ਼ੁਰਗ ਸਾਡੇ ਨਾਲ ਬੈਠੇ ਨੇ, 75 ਸਾਲ ਉਮਰ ਹੈ, 5-6 ਸਾਲ ਤੋਂ ਇਹਨਾਂ ਨੂੰ ਪ੍ਰੋਬਲਮ ਸੀ, ਇੱਕ ਦਿਨ ਪਹਿਲਾਂ ਆਏ ਸੀ, ਉਦੋਂ ਕਹਿੰਦੇ ਕਿ ਸਾਡੇ ਟੈਸਟ ਵਗੈਰਾ ਹੋਏ ਸੀ, ਤੇ ਅੱਜ ਅਸੀਂ ਦੂਜੀ ਵਾਰ ਆਏ, ਅਸੀਂ ਦਵਾ ਲਈ, ਡਾਕਟਰ ਸਾਹਿਬ ਦੇ ਕਹਿਣ ਅਨੁਸਾਰ 20 ਮਿੰਟ ਦੇ ਵਿੱਚ ਹੀ ਫਰਕ ਲੱਗ ਰਿਹਾ ਤੁਹਾਨੂੰ? ਹਾਂਜੀ, ਹਾਂਜੀ, ਬਿਲਕੁਲ। ਅੱਗੇ ਹੁਣ ਦੇਖਦੇ ਹਾਂ, ਦੁਬਾਰਾ ਫਿਰ ਟੈਸਟ ਕਰਾਵਾਂਗੇ, ਫਿਰ ਦੁਬਾਰਾ ਚੈੱਕ ਕਰਾਵਾਂਗੇ, ਜੇ ਫਰਕ ਪਿਆ ਤਾਂ ਫਿਰ ਦੁਬਾਰਾ ਦਵਾਈ ਲਵਾਂਗੇ। ਪਰ ਫਰਕ ਤਾਂ ਤੁਹਾਨੂੰ ਹੁਣੇ ਲੱਗ ਰਿਹਾ? ਹਾਂਜੀ, ਫਰਕ ਤਾਂ ਪੈ ਗਿਆ ਨਾ, ਹੁਣ ਤਾਂ ਪੈ ਗਿਆ ਨਾ ਫਰਕ, ਹੌਲੀ ਹੌਲੀ ਜ਼ਿਆਦਾ ਫਰਕ ਪਏਗਾ, ਫਿਰ ਪਤਾ ਲੱਗੀ ਜਾਏਗਾ ਕਿੰਨਾ। ਪਰ ਅਸਰ ਤੁਹਾਨੂੰ 20 ਮਿੰਟ 'ਚ ਜ਼ਰੂਰ ਦਿਖਦਾ। ਅਤੇ ਸਾਡੇ ਨਾਲ ਬਾਈ ਜੀ ਵੀ ਨੇ। ਬਾਈ ਜੀ, ਤੁਸੀਂ ਕਿੱਥੋਂ ਆਇਓ? ਮੈਂ ਲੁਧਿਆਣੇ ਤੋਂ ਆਇਆ ਜੀ। ਲੁਧਿਆਣੇ ਤੋਂ ਆਇਓ, ਅੱਜ ਕਿੰਨੀ ਵਾਰ ਆਇਓ ਤੁਸੀਂ? ਮੈਂ ਅੱਜ ਦੂਸਰੀ ਵਾਰ ਆਇਆ। ਤੁਸੀਂ ਦੂਜੀ ਵਾਰ ਆਇਓ, ਤੁਹਾਨੂੰ ਕੀ ਸਮੱਸਿਆ ਸੀ? ਮੈਨੂੰ 3 ਮਹੀਨੇ ਪਹਿਲਾਂ ਸ਼ੂਗਰ ਕਾਰਨ ਮੇਰੀ ਇੱਕ ਅੱਖ 'ਚ ਬਲੱਡ ਆ ਗਿਆ ਸੀ, ਔਰ ਇਸ ਅੱਖ ਦੀ ਨਿਗਾਹ 30% ਰਹਿ ਗਈ ਸੀ। ਤਾਂ ਜਦੋਂ ਮੈਂ ਇਹਨਾਂ ਕੋਲ ਆਇਆ ਤਾਂ ਇਹਨਾਂ ਨੇ ਪਹਿਲਾਂ 20 ਮਿੰਟ ਦਵਾਈ ਪਾਈ। ਸ਼ੂਗਰ ਕਰਕੇ ਤੁਹਾਡੀ ਇੱਕ ਅੱਖ ਦੀ ਨਿਗਾਹ ਚਲੀ ਗਈ ਸੀ, ਖੱਬੀ ਅੱਖ ਦੀ, ਸੱਜੀ ਦੀ, ਸੱਜੀ ਦੀ ਨਿਗਾਹ ਚਲੀ ਗਈ ਸੀ ਸ਼ੂਗਰ ਕਰਕੇ। ਤਾਂ ਤੁਸੀਂ ਦੂਜੇ ਵਾਰ ਆਏ ਹੋ ਹੁਣ? ਦੂਜੀ ਵਾਰ ਆਇਆ। ਤਾਂ ਜਿਹੜੀ ਅੱਖ ਡੈੱਡ ਹੋ ਗਈ ਸੀ ਇਹ 20% ਚੱਲ ਪਈ ਆ, ਔਰ ਜਿਹੜੀ ਅੱਖ 30% ਸੀ ਅੱਜ 80% ਉਹਦੀ ਨਿਗਾਹ ਸਹੀ ਹੋ ਗਈ ਮੇਰੀ। ਅੱਜ ਮੈਂ ਲੁਧਿਆਣੇ ਤੋਂ ਖੁਦ ਡਰਾਈਵ ਕਰਕੇ ਆਇਆ ਇੱਥੇ। ਪਹਿਲੇ ਦਿਨ ਸਾਨੂੰ ਕੋਈ ਲੈ ਕੇ ਆਇਆ ਸੀ? ਦੇਖੋ ਪਹਿਲੇ ਦਿਨ ਕੋਈ ਲੈ ਕੇ ਆਇਆ ਸੀ, ਡਰਾਈਵਰ ਨਾਲ ਆਇਆ ਸੀ। ਜਦੋਂ ਬਾਈ ਜੀ ਹੋਰੀ ਦੂਜੀ ਵਾਰ ਆਏ ਤਾਂ ਲੁਧਿਆਣੇ ਤੋਂ ਖੁਦ ਇਹ ਗੱਡੀ ਆਪਣੀ ਡਰਾਈਵ ਕਰਕੇ ਆਏ, ਇੱਦਾਂ ਹੀ ਗੱਲ? ਹਾਂਜੀ, ਹਾਂਜੀ, ਮੈਂ ਹੁਣ ਗੱਡੀ ਬਾਹਰ ਖੜੀ ਆ, ਹੁਣ ਵਾਪਸ ਮੈਂ ਆਪੇ ਡਰਾਈਵ ਕਰਕੇ ਜਾਵਾਂਗਾ, ਨਾਲ ਵਾਈਫਾਈ ਮੇਰੀ, ਤਾਂ ਉਹ ਗੱਡੀ 'ਚ ਬੈਠੇ ਆ। 1 ਮਹੀਨੇ ਨੇ, ਜਾਣੀ ਕਿ ਮੈਨੂੰ ਕਾਫੀ ਫਰਕ ਪੈ ਗਿਆ। ਪਤਾ ਕਿਵੇਂ ਲੱਗਿਆ ਡਾਕਟਰ ਵਿਰਕ ਬਾਰੇ? ਇਹਨਾਂ ਦਾ ਯੂਟਿਊਬ 'ਤੇ 1-2 ਚੈਨਲ ਦੇਖੇ ਇਹਨਾਂ ਦੇ। ਹਾਂਜੀ, ਯੂਟਿਊਬ ਦੇਖ ਕੇ ਇਹਨਾਂ ਕੋਲ ਆਇਆ ਮੈਂ, ਤਾਂ ਤਕਰੀਬਨ 15 ਦਿਨ ਬਾਅਦ ਮੈਨੂੰ ਅਸਰ ਦਿਖਣ ਲੱਗ ਪਏ ਵੀ ਦਵਾਈ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਤੁਸੀਂ ਹੋਰ ਵੀ ਕਿਤੇ ਇਲਾਜ ਕਰਵਾਇਆ ਸੀ? ਪਹਿਲਾਂ ਮੈਂ ਇਹਦਾ ਲੇਜ਼ਰ ਕਰਾਇਆ, ਔਰ ਇੰਜੈਕਸ਼ਨ ਵਗੈਰਾ ਲੱਗਿਆ, 1,00,000 ਰੁਪਈਆ, ਉਹਨਾਂ ਸਮਾਂ ਕਿ ਡੈੱਡ ਹੋ ਗਈ ਅੱਖ। ਡੈੱਡ ਹੋ ਗਈ ਅੱਖ? ਹਾਂ। ਉਸ ਇਲਾਜ ਦੇ ਨਾਲ ਹੋਰ ਅੱਖ ਦਾ ਨੁਕਸਾਨ ਹੋ ਗਿਆ? ਪਹਿਲਾਂ ਕੁਛ ਦਿਖ ਰਿਹਾ ਸੀਗਾ, ਪਰ ਲੇਜ਼ਰ ਦੇ ਨਾਲ ਉਹ ਡੈੱਡ ਹੋ ਗਈ ਮੇਰੀ ਅੱਖ। ਤਾਂ ਜਦੋਂ ਇਹਨਾਂ ਦੀ ਦਵਾਈ ਲਈ, ਹੁਣ ਤਕਰੀਬਨ 20% ਇਹ ਅੱਖ ਸਹੀ ਹੋ ਗਈ ਆ,
ਔਰ ਲੈਫਟ ਵਾਲੀ ਤਕਰੀਬਨ 80% ਤੇ ਉਹਦੀ ਨਿਗਾਹ ਵੱਧ ਗਈ। ਸਿਰਫ ਦੂਜੇ ਵਾਰ ਆਉਣ ਦੇ ਵਿੱਚ ਇੰਨਾ ਫਰਕ ਹੈ, ਇੱਕ ਮਹੀਨੇ ਬਾਅਦ ਤੁਸੀਂ ਦੂਜੇ ਵਾਰ ਆਇਓ, ਇੱਕ ਮਹੀਨਾ ਤੁਸੀਂ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਉਦੋਂ ਤੁਸੀਂ ਦਵਾਈ ਲੈਂਦੇ ਰਹੇ, ਇੱਕ ਮਹੀਨੇ ਬਾਅਦ ਤੁਸੀਂ ਦੁਬਾਰੇ ਆਏ ਹੋ। ਮੇਰੇ ਸ਼ਾਮ ਦਵਾਈ ਪਾਉਣਾ ਉਹ ਕੁਛ ਖਾਣ ਦੀ ਦਵਾਈ ਆ, ਤਾਂ ਉਹਨਾਂ ਕਾਫੀ ਫਰਕ ਆ। ਇਲਾਜ ਕਿਵੇਂ ਕਿਵੇਂ ਇਲਾਜ ਚੱਲਿਆ? ਇਲਾਜ ਨੋਰਮਲ ਹੈ, ਇਹਨਾਂ ਨੇ ਅੱਖਾਂ 'ਚ ਪਾਉਣ ਨੂੰ ਦਵਾਈ ਦਿੱਤੀ, ਦੋ ਟਾਈਮ ਦਵਾਈ ਪਾਉਣੀ ਆ, ਸਿਰਫ ਅੱਖਾਂ 'ਚ ਪਾਉਣ ਨੂੰ ਦਵਾਈ ਦਿੱਤੀ। ਹਾਂ, ਔਰ ਇੱਕ ਪਾਊਡਰ ਉਹ ਸਵੇਰੇ ਸ਼ਾਮ ਉਹ ਖਾਣਾ, ਬਸ ਹੋਰ ਕੋਈ ਦਵਾਈ ਨਹੀਂ ਇਹਨਾਂ ਦੀ, ਤਾਂ ਉਹਦੇ ਨਾਲ ਕਾਫੀ ਇੰਪਰੂਵਮੈਂਟ ਆ ਮੈਨੂੰ। ਸ਼ੂਗਰ ਕਰਕੇ ਅੱਖਾਂ ਦੇ ਵਿੱਚ ਲਹੂ ਆ ਗਿਆ ਸੀ ਤੇ ਰੋਸ਼ਨੀ ਚਲੀ ਗਈ ਸੀ ਅੱਖਾਂ ਦੀ। ਬਾਈ ਜੀ ਕਹਿੰਦੇ ਕਿ ਲੁਧਿਆਣਾ ਤੋਂ ਆਏ ਹਾਂ, ਪਹਿਲੇ ਦਿਨ ਅਸੀਂ ਡਰਾਈਵਰ ਲੈ ਕੇ ਆਇਆ ਸੀ ਮੈਨੂੰ, ਤੇ ਹੁਣ ਮੈਂ ਖੁਦ ਗੱਡੀ ਚਲਾ ਕੇ ਆਇਆ, ਇੰਨਾ ਫਰਕ ਸਿਰਫ ਇੱਕ ਮਹੀਨੇ ਤੇ ਦੂਜੇ ਗੇੜੇ ਦੇ ਵਿੱਚ ਹੈ। ਜਿਵੇਂ ਪਹਿਲਾਂ ਬਜ਼ੁਰਗ ਨੇ ਦੱਸਿਆ ਸੀ ਕਿ ਪਹਿਲੇ ਦਿਨ ਆਏ ਉਦੋਂ ਟੈਸਟ ਕਰਵਾਏ ਗਏ, ਦੂਜੇ ਗੇੜ ਦੇ ਵਿੱਚ ਸਾਡਾ ਇਲਾਜ ਸ਼ੁਰੂ ਹੋਇਆ ਅਤੇ ਅੱਜ ਅਸੀਂ ਇੱਥੇ ਬੈਠੇ ਹਾਂ। ਨਾਲ ਇੱਕ ਬਜ਼ੁਰਗ ਹੋਰ ਨੇ, ਬਜ਼ੁਰਗ ਤੁਸੀਂ ਕਿੱਥੋਂ ਆਏ ਹੋ? ਰਾਮਪੁਰਾ ਬਿਲਕੁਲ ਬਾਲਿਆਂ ਵਾਲੀ ਪਿੰਡ ਹੈ ਜੀ। ਬਾਲੀ ਦੂਰ ਤੋਂ ਆਏ ਹੋ ਤੁਸੀਂ? ਹਾਂਜੀ। ਪਤਾ ਕਿਵੇਂ ਲੱਗਿਆ ਸੀ ਇੱਥੋਂ ਦਾ? ਇਹ ਮੈਂ ਯੂਟਿਊਬ 'ਤੇ ਦੇਖਿਆ ਜੀ ਪਹਿਲਾਂ। ਹਾਂਜੀ, ਅਤੇ ਤੁਹਾਨੂੰ ਦਿੱਕਤ ਕੀ ਸੀ? ਮੇਰੇ ਇੱਧਰ ਕਾਲਾ ਮੋਤੀਆ ਸੀ ਜੀ, ਇੱਧਰ ਨੇ ਕਿਉਂ ਘੱਟ ਸੀ? ਇੱਕ ਅੱਖ ਦੇ ਵਿੱਚ ਤੁਹਾਡੇ ਕਾਲਾ ਮੋਤੀਆ ਸੀ, ਦੂਜੀ ਅੱਖ ਦੇ ਵਿੱਚ ਤੁਹਾਡੇ ਨਿਗਾਹ ਘੱਟ ਗਈ ਸੀ, ਅਤੇ ਹੁਣ ਕਿਵੇਂ ਹੋ? ਹੁਣ ਅੱਗੇ ਨਾਲੋਂ ਬਹੁਤ ਫਰਕ ਹੈ ਜੀ। ਅਤੇ ਕਿੰਨਾ ਕੁ ਸਮੇਂ ਤੋਂ ਤੁਸੀਂ ਇੱਥੇ ਇਲਾਜ ਕਰਵਾ ਰਹੇ ਹੋ? ਮੈਂ ਦੂਜੀ ਵਾਰ ਆਇਆ ਜੀ। ਦੂਜੀ ਵਾਰ ਆਇਆ? ਦੂਜੀ ਵਾਰ ਆਇਆ। ਪਹਿਲਾਂ ਕਿੰਨਾ ਸਮਾਂ ਪਹਿਲਾਂ ਆਏ ਸੀ? ਪਹਿਲਾਂ ਮੈਂ 10 ਮਹੀਨੇ 'ਚ ਆਇਆ ਜੀ, 28-29 ਤਰੀਕ ਨੂੰ। ਥੋੜ੍ਹੇ ਸਮੇਂ ਦੇ ਵਿੱਚ ਐਡਾ ਵੱਡਾ ਅੰਤਰ, ਐਡਾ ਵੱਡਾ ਫਰਕ। ਦੇਖੋ ਬਜ਼ੁਰਗਾਂ ਦਾ ਕਹਿਣਾ, ਇੱਕ ਤਾਂ ਰਾਮਪੁਰਾ ਫੂਲ ਤੋਂ ਚੱਲ ਕੇ ਪਟਿਆਲੇ ਆਏ ਨੇ, ਅਸਰ ਦਿਖਿਆ, ਇਸੇ ਕਰਕੇ ਦੂਜੀ ਵਾਰ ਆਏ ਨੇ। ਕਹਿੰਦੇ ਕਿ ਇੱਕ ਅੱਖ ਦੀ ਨਿਗਾਹ ਚਲੀ ਗਈ ਸੀ, ਦੂਜੀ ਅੱਖ ਦੇ ਵਿੱਚ ਵੀ ਪ੍ਰੋਬਲਮ ਤੁਹਾਨੂੰ ਦੱਸੀ ਗਈ। ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਉਦੋਂ ਕੀ ਸੋਚ ਕੇ ਆਏ ਸੀ, ਕੀ ਲੱਗਿਆ ਸੀ? ਕਿਉਂਕਿ ਇਲਾਜ ਤੁਸੀਂ ਹੋਰ ਥਾਂ 'ਤੇ ਵੀ ਕਰਵਾਏ ਹੋਣੇ, ਜੇਕਰ ਉੱਥੋਂ ਨਹੀਂ ਇਲਾਜ ਹੋ ਪਾਇਆ ਤਾਂ ਉਦੋਂ ਫਿਰ ਤੁਸੀਂ ਇੱਥੇ ਆਏ? ਇੱਥੇ ਵੀ ਵਧੀਆ ਲੱਗਿਆ ਜੀ, ਵਧੀਆ ਲੱਗਿਆ ਅਤੇ ਅਸਰ ਹੁਣ ਵਾਹਵਾ, ਹੁਣ ਅਸਰ ਬਹੁਤ ਆ ਜੀ ਅੱਗੇ। ਅਤੇ ਟ੍ਰੀਟਮੈਂਟ ਕੀ ਚੱਲਿਆ ਸੀ? ਟ੍ਰੀਟਮੈਂਟ ਤਾਂ ਦਵਾਈ ਉਹਨਾਂ ਨੇ ਖਾਣ ਨੂੰ ਦਿੱਤੀ ਜੀ, ਜਾਂ ਅੱਖ 'ਚ ਪਾਉਣ ਨੂੰ ਜੀ, ਨਾਲ ਮੈਨੂੰ ਸ਼ੂਗਰ ਵੀ ਹੈ ਨਾ, ਉਹ ਮਤਲਬ ਦੂਜੀਆਂ ਸ਼ੂਗਰ ਦੀ ਦਵਾਈ ਸੀਗੀ ਪੀਣ ਦੀ ਵਾਲੀਆਂ ਜੀ। ਫਰਕ ਹੈ ਤੁਹਾਨੂੰ? ਜ਼ਰੂਰ ਤਾਂ ਕਹਿਣਾ ਕਿ ਹੁਣ ਕਾਫੀ ਫਰਕ ਹੈ, ਦੂਜੀ ਵਾਰ ਹੀ ਆਏ ਸੀ, ਇੰਨੇ 'ਚ ਸਾਨੂੰ ਫਰਕ ਦਿਖਾਈ ਦਿੰਦਾ। ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਂਦੇ ਹਾਂ ਤੁਹਾਨੂੰ, ਆ ਜਾਓ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਵਿਰਕ ਸਾਹਿਬ, ਅਸੀਂ ਗੱਲਬਾਤ ਕਰ ਰਹੇ ਸੀ ਮਰੀਜ਼ਾਂ ਦੇ ਨਾਲ, ਉਹ ਕਹਿੰਦੇ ਵੀ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਕਿ 20 ਮਿੰਟ ਦੇ ਵਿੱਚ ਅਸਰ, ਉਹ ਕਹਿੰਦੇ ਵੀ ਹਾਂ 20 ਮਿੰਟ ਦੇ ਵਿੱਚ ਅਸਰ ਜ਼ਰੂਰ ਹੈ ਜੀ। ਬਿਲਕੁਲ, ਅਸੀਂ ਜੋ ਸਾਡੇ ਬਜ਼ੁਰਗ ਜੋ ਅਸੀਂ ਮਿਹਨਤ ਕਰਦੇ ਹਾਂ, ਮਾਲਕ ਉਸ ਨੂੰ ਭਾਗ ਲਾਉਂਦੇ ਨੇ, ਅਤੇ ਹਰ ਮਰੀਜ਼ ਨੂੰ ਜਿਸ ਮਰੀਜ਼ ਨੇ ਠੀਕ ਹੋਣਾ ਹੁੰਦਾ, ਕੁਛ ਮਰੀਜ਼ ਹੁੰਦੇ ਠੀਕ ਨਹੀਂ ਹੋਣ ਵਾਲੇ ਹੁੰਦੇ, ਜੇ ਮੰਨ ਲਓ ਕਿਸੇ ਦੀ ਆਪਟਿਕ ਨਰਵ ਖਤਮ ਹੋ ਚੁੱਕੀ ਹੈ ਜਾਂ ਕੋਈ ਬਿਲਕੁਲ 100% ਡੈਡ ਹੋ ਚੁੱਕਾ ਕਈ ਕਈ ਸਾਲਾਂ ਤੋਂ, ਉਹ ਤਾਂ ਅਲੱਗ ਗੱਲ ਆ, ਬਟ ਜਿਸ ਮਰੀਜ਼ ਨੇ ਠੀਕ ਹੋਣਾ ਪਹਿਲੇ ਹੀ ਦਿਨ ਤੋਂ ਆਰਾਮ ਆਉਣਾ ਸ਼ੁਰੂ ਹੋ ਜਾਂਦਾ। ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੂੰ? ਇਸ ਕਿੱਤੇ ਨਾਲ ਬਚਪਨ ਤੋਂ ਜੁੜੇ ਹੋਏ ਹਾਂ ਜੀ। ਹਾਂਜੀ ਹਾਂ, ਮੇਰੇ ਫਾਦਰ ਸਾਹਿਬ ਸੀ ਪਹਿਲਾਂ, ਮੇਰੇ ਦਾਦਾ ਸਾਹਿਬ ਸੀ ਪਾਕਿਸਤਾਨ ਤੋਂ, ਅਤੇ ਉੱਥੋਂ ਮੇਰੇ ਬ੍ਰਦਰ ਡਾਕਟਰ ਸੀ ਇਸ ਤੋਂ ਪਹਿਲਾਂ, ਫਿਰ ਹੁਣ ਅਸੀਂ ਇਸੇ ਧੰਦੇ ਜਿਉਂ ਜੰਮੇ, ਅਸੀਂ ਇਸੇ ਕੰਮ 'ਚ ਹਾਂ ਜੀ। ਠੀਕ ਹੈ ਨਾ, ਪਤਾ ਨਹੀਂ ਕਿਉਂ ਸਾਡੇ ਲੋਕਾਂ ਦਾ ਆਯੁਰਵੈਦਿਕ ਤੋਂ ਵਿਸ਼ਵਾਸ ਉਸ ਤਰ੍ਹਾਂ ਦਾ ਨਹੀਂ ਵੱਜ ਪਾਉਂਦਾ ਜਿਵੇਂ ਐਲੋਪੈਥੀ ਨੂੰ ਉਹ ਭੱਜ ਭੱਜ ਜਾਂਦੇ ਨੇ ਕਿ ਸਾਡਾ ਇਲਾਜ ਇੱਥੋਂ ਹੋ ਜਾਊਗਾ। ਆਯੁਰਵੈਦਿਕ ਤੋਂ ਕਿਉਂ ਪਿੱਛੇ ਹਟ ਰਹੇ ਨੇ ਸਾਡੇ ਲੋਕ? ਸਾਡੇ ਲੋਕਾਂ ਨੂੰ, ਕੁਛ ਲੋਕਾਂ ਨੂੰ ਤਾਂ ਇਹ ਸਮਝੋ ਵੀ ਸੋਝੀ ਨਹੀਂ ਵੀ ਆਯੁਰਵੈਦਿਕ ਕੀ ਹੈ, ਜਿਸ ਨੂੰ ਇਸ ਗੱਲ ਦੀ ਸੋਝੀ ਪੈ ਗਈ ਉਹ ਆਯੁਰਵੈਦ ਤੋਂ ਕਦੀ ਮੁੱਖ ਨਹੀਂ ਮੁੜੇਗਾ, ਔਰ ਆਯੁਰਵੈਦ ਤੋਂ ਬਿਨਾਂ ਕਿਸੇ ਦਾ ਕੋਈ ਛੁਟਕਾਰਾ ਨਹੀਂ ਹੋਏਗਾ। ਕੋਈ ਹੋਰ ਮੰਨ ਲਓ ਜੇ ਅਸੀਂ ਕੋਈ ਹੋਰ ਪੈਥੀਆਂ ਸਾਰੀਆਂ ਆਪਣੀ ਜਗ੍ਹਾ 'ਤੇ ਸਹੀ ਨੇ, ਜੇ ਮੰਨ ਲਓ ਐਲੋਪੈਥੀ ਦੇ ਵਿੱਚ ਕਈ CMO ਸਾਹਿਬ ਨੇ ਰਿਟਾਇਰਡ, ਸਰਦਾਰ ਗੁਰਮੇਲ ਸਿੰਘ ਜੀ, ਡਾਕਟਰ ਗੁਰਮੇਲ ਸਿੰਘ ਜੀ ਭਦੌੜ ਤੋਂ, ਉਹਨਾਂ ਦੀ ਮੈਂ ਵੀਡੀਓ ਬਹੁਤ ਸੁਣੀਆਂ ਨੇ, ਉਹ ਵੀ ਕਹਿੰਦੇ ਨੇ ਵੀ ਜੋ ਆਯੁਰਵੈਦ ਦੇ ਵਿੱਚ ਹੈ ਉਹ ਕਿਸੇ ਵੀ ਹੋਰ ਪੈਥੀ ਦੇ ਵਿੱਚ ਨਹੀਂ, ਉਹ ਵੀ ਹੁਣ ਨੈਚੁਰੋਪੈਥੀ ਦੇ ਨਾਲ ਲੋਕਾਂ ਦਾ ਇਲਾਜ ਕਰ ਰਹੇ ਨੇ। ਜੇਕਰ ਅੱਖਾਂ ਦੀ ਹੀ ਗੱਲ ਕਰੀਏ, ਕਿਉਂਕਿ ਜਦੋਂ ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ, ਕਾਰਨ ਵੀ ਅਲੱਗ ਅਲੱਗ ਹੁੰਦੇ ਨੇ, ਕਿਸਮਾਂ ਵੀ ਅਲੱਗ ਅਲੱਗ ਹੁੰਦੀਆਂ ਨੇ, ਤੁਸੀਂ ਇਸ ਗੱਲ ਦਾ ਦਾਅਵਾ ਕਰਦੇ ਹੋ ਕਿ ਹਰ ਇੱਕ ਤਰ੍ਹਾਂ ਦੀ ਜੋ ਦਿੱਕਤ ਆਈ ਹੈ ਅੱਖ ਦੇ ਵਿੱਚ, ਰੋਸ਼ਨੀ ਚਲੀ ਗਈ ਹੈ, ਕਿਸਮ ਭਾਵੇਂ ਕੋਈ ਵੀ ਹੋਵੇ, ਕਾਰਨ ਭਾਵੇਂ ਕੋਈ ਵੀ ਹੋਵੇ, ਆਯੁਰਵੈਦਿਕ ਦੇ ਵਿੱਚ ਤੁਹਾਡੇ ਰਾਹੀਂ ਇਲਾਜ ਸੰਭਵ ਹੈ? ਅਸੀਂ ਦਾਅਵਾ ਨਹੀਂ ਕਰਦੇ, ਨਾ ਅਸੀਂ ਵਾਅਦਾ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ, ਔਰ ਸਾਡੀ ਕੋਸ਼ਿਸ਼ ਮਾਲਕ ਦੀ ਕਿਰਪਾ ਨਾਲ
ਐਂ ਲਾ ਲਓ ਵੀ 95% ਸਫਲ ਹੁੰਦੀ ਆ। ਬਿਲਕੁਲ, ਜੋ ਵੀ ਮਰੀਜ਼ ਆਇਆ ਅਸੀਂ ਉੱਥੇ ਆਪਣੀ ਮਿਹਨਤ ਨਾਲ ਸਫਲ ਹੋਏ ਹਾਂ, ਕਿਉਂ ਦਾਅਵਾ ਔਰ ਵਾਧਾ ਤਾਂ ਕੀਤਾ ਜਾਂਦਾ ਜੇ ਅਸੀਂ ਕੋਈ ਖੁਦਾ ਹੋਈਏ, ਅਸੀਂ ਵੀ ਇੱਕ ਆਮ ਇਨਸਾਨ ਤੁਹਾਡੇ ਤਰ੍ਹਾਂ, ਅਤੇ ਅਸੀਂ ਕੋਸ਼ਿਸ਼ ਕਰ ਸਕਦੇ ਜਰ, ਪਰ ਸਾਡੀ ਕੋਸ਼ਿਸ਼ ਨੂੰ ਮਾਲਕ ਭਾਗ ਲਾਉਂਦੇ ਨੇ ਅਤੇ ਮਰੀਜ਼ ਨੂੰ ਤੰਦਰੁਸਤੀ ਮਿਲਦੀ। ਦਿਨ ਦੇ ਵਿੱਚ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਆਉਂਦੇ ਨੇ? ਮਰੀਜ਼ ਤਾਂ ਬਹੁਤ ਆਉਂਦੇ ਜੀ, ਪਰ ਅਸੀਂ 50-60 ਦੇ ਕਰੀਬ ਮਰੀਜ਼ ਵੇਖੇ ਜਾ ਸਕਦੇ। ਹਾਂ, ਇਹਨੇ ਦੇਖੇ ਜਾਂਦੇ, ਤੁਹਾਨੂੰ ਪਤਾ ਫਿਰ ਹਰ ਮਰੀਜ਼ ਨੂੰ ਟਾਈਮ ਵੀ ਦੇਣਾ ਪੈਂਦਾ। ਕੀ ਹੈ ਫਿਰ ਖੁੱਲ੍ਹਣ ਦੀ ਕਲੀਨਿਕ? ਕਲੀਨਿਕ ਖੁੱਲ੍ਹਣ ਦਾ ਟਾਈਮ ਸਵੇਰੇ 8:30 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਦੇਖਦੇ ਹਾਂ ਜੀ। ਵੇਖਦਿਆਂ ਵੇਖਦਿਆਂ ਟਾਈਮ ਲੱਗ ਜਾਂਦਾ, ਬਟ ਮੈਂ ਸਾਰੇ ਜਿੰਨੇ ਵੀ ਅੱਖਾਂ ਦੀ ਬਿਮਾਰੀ ਤੋਂ ਪੀੜਿਤ ਭੈਣ ਭਰਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ, ਤੁਹਾਡੇ ਦੁੱਖ ਨੂੰ ਸਮਝਦਾ, ਪਰ ਮੈਂ ਮਜਬੂਰ ਹਾਂ। ਅਸੀਂ ਓਨੇ ਕੁ ਬੰਦੇ ਨੂੰ ਟਾਈਮ ਦਿੰਦੇ ਜਿੰਨੇ ਨੂੰ ਅਸੀਂ ਦੇਖ ਸਕੀਏ। ਆਏ ਗਏ ਵਾਸਤੇ ਅਸੀਂ ਫ੍ਰੀ ਚਾਹ ਦਾ ਲੰਗਰ ਵੀ ਲਾਉਂਦੇ ਹਾਂ, ਪਾਣੀ ਦਾ, ਜੋ ਵੀ ਸਾਡੇ ਤੋਂ ਹੋ ਸਕੇ, ਔਰ ਉਹਨਾਂ ਦਾ ਅਰੇਂਜਮੈਂਟ ਵੀ ਚਾਹੀਦਾ। ਹੁਣ ਮੇਲਾ ਤਾਂ ਆਪਾਂ ਲਾਉਣਾ ਨਹੀਂ ਵੀ 4 ਬੰਦਾ ਸੱਦ ਲਈ, ਉਹਨੂੰ ਟਾਈਮ ਨਾ ਦੇ ਸਕੀਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸ਼ਾਮ ਨੂੰ 6 ਤੋਂ 8 ਵਜੇ ਸਾਡਾ ਟੈਲੀਫੋਨ ਖੁੱਲ੍ਹਾ ਹੁੰਦਾ, ਜੋ 2 ਨੰਬਰ ਆ, ਉਹਨਾਂ 'ਤੇ ਕਾਲ ਕਰਕੇ ਆਪਣਾ ਟਾਈਮ ਲੈ ਕੇ ਆਪਣੀ ਅਪੁਆਇੰਟਮੈਂਟ ਲੈ ਕੇ ਆਓ, ਤਾਂ ਜੋ ਅਸੀਂ ਤੁਹਾਨੂੰ ਟਾਈਮ ਦੇ ਸਕੀਏ ਅਤੇ ਤੁਸੀਂ ਆਪਣੇ ਲਈ ਆਪਣੀ ਤੰਦਰੁਸਤੀ ਵੱਲ ਜਾ ਸਕੋ। ਜੇਕਰ ਕਿਸੇ ਤੁਹਾਡੇ ਮਰੀਜ਼ ਨੂੰ ਰਾਤ ਬਰਾਤੇ ਪ੍ਰੋਬਲਮ ਆ ਜਾਏ, ਐਮਰਜੈਂਸੀ ਹੋ ਜਾਏ, ਤਾਂ ਫਿਰ ਉਹਦੇ ਨਾਲ ਤੁਸੀਂ ਕਿਵੇਂ ਨਿਪਟਦੇ ਹੋ? ਕਿਉਂਕਿ ਤੁਸੀਂ ਕਹਿੰਦੇ ਕਿ 2 ਵਜੇ ਤੁਸੀਂ ਕਲੀਨਿਕ ਬੰਦ ਕਰ ਦਿੰਦੇ ਹੋ। ਐਮਰਜੈਂਸੀ ਵਾਲਾ ਕੋਈ ਆਪਣਾ ਕੰਮ ਨਹੀਂ ਜੀ, ਐਮਰਜੈਂਸੀ ਕਿਸੇ ਨੂੰ ਪਵੇ ਉਹ ਆਪ ਕਿਤੇ ਵੀ ਦਿਖਾ ਸਕਦਾ, ਬਟ ਐਮਰਜੈਂਸੀ ਵਾਲਾ ਕੋਈ ਇੱਦਾਂ ਦਾ ਹੈ ਨਹੀਂ। ਆਪਾਂ ਕੋਈ ਸਰਜਰੀ ਵਗੈਰਾ ਕਰਦੇ, ਸਾਡੇ ਕੋਲ ਸਭ ਮੈਡੀਸਨ ਨਾਲ ਹੀ ਇਲਾਜ ਆ। ਉਹ ਇਲਾਜ ਜੋ ਕੰਟੀਨਿਊ ਪੇਸ਼ੈਂਟ ਨੋਰਮਲੀ ਪੇਸ਼ੈਂਟ ਨੇ, ਉਹੀ ਅਸੀਂ ਦੇਖਦੇ। ਮੈਡੀਸਨ ਦਾ ਫਿਰ ਕਿਵੇਂ, ਜੋ ਟ੍ਰੀਟਮੈਂਟ ਹੁੰਦਾ ਦਵਾਈ ਬੂਟੀ ਜਿਹੜੀ, ਉਹ ਟ੍ਰੀਟਮੈਂਟ ਕਿਵੇਂ ਹੈ? ਉਹ ਸਾਰੀਆਂ ਆਯੁਰਵੈਦਿਕ ਜੜੀ ਬੂਟੀਆਂ ਨਾਲ ਹੈ ਜੀ। ਕੁਛ ਪਸਮਾਂ ਖਾਣ ਵਾਲੀਆਂ, ਜੇ ਆਮਲਾ ਰਸ, ਗਾਜਰ ਪਾਲਕ ਦਾ ਜੂਸ ਹੋ ਗਿਆ, ਇਹ ਦੱਸਦੇ ਹਾਂ ਪੇਸ਼ੈਂਟ ਨੂੰ ਖਾਣ ਵਾਸਤੇ, ਪੀਣ ਵਾਸਤੇ, ਅਤੇ ਅੱਖਾਂ 'ਚ ਆਈ ਡਰੋਪਸ ਨੇ ਪਾਉਣ ਵਾਸਤੇ। ਇਹ ਸਾਰੀਆਂ ਚੀਜ਼ਾਂ ਆਯੁਰਵੈਦ ਜੜੀਆਂ ਬੂਟੀਆਂ ਤੋਂ ਤਿਆਰ ਨੇ। ਕੋਈ ਇੱਦਾਂ ਦਾ ਐਕਸਪੀਰੀਅੰਸ ਵੀ ਹੋਇਆ ਡਾਕਟਰ ਸਾਹਿਬ ਕਿ ਤੁਹਾਨੂੰ ਲੱਗਿਆ ਹੋਵੇ ਵੀ ਇਸ ਮਰੀਜ਼ ਦਾ ਇਲਾਜ ਮੁਸ਼ਕਲ ਹੈ, ਪਰ ਅਸੀਂ ਕੋਸ਼ਿਸ਼ ਕਰਕੇ ਦੇਖਾਂਗੇ ਕਿ ਚਮਤਕਾਰ ਹੋ ਗਿਆ ਹੋਵੇ, ਤੁਹਾਨੂੰ ਵੀ ਉਮੀਦ ਨਾ ਹੋਵੇ ਪਰ ਫਿਰ ਵੀ ਇਲਾਜ ਹੋ ਗਿਆ ਹੋਵੇ? ਬਹੁਤ ਜੀ, ਬਹੁਤ ਰੋਜ਼ ਹੀ ਚਮਤਕਾਰ ਹੁੰਦੇ ਇਸ ਤਰ੍ਹਾਂ ਦੇ, ਮਾਲਕ ਕਿਰਪਾ ਕਰਦਾ। ਸਾਡੇ ਕੋਲ ਪੇਸ਼ੈਂਟ ਆਉਂਦਾ ਹੀ ਉਦੋਂ ਹੈ ਜੀ ਜਦੋਂ ਬਿਲਕੁਲ ਉਸਦੀ ਅੱਖਾਂ ਦਾ ਬੰਦਾ ਵੱਡੇ ਵੱਡੇ ਹਸਪਤਾਲਾਂ ਨੂੰ ਭੱਜਦਾ, ਜਦੋਂ ਉੱਥੋਂ ਜਵਾਬ ਮਿਲ ਜਾਂਦਾ ਫਿਰ ਉਹ ਕਰਦੇ ਹੈ। ਲੋਕਾਂ ਦੀ ਥਿੰਕਿੰਗ ਇਹ ਹੋ ਚੁੱਕੀ ਹੈ, ਸ਼ਾਇਦ 10 ਮੰਜ਼ਿਲਾ ਹੋਸਪਿਟਲ ਦੇ ਵਿੱਚ ਪਤਾ ਨਹੀਂ ਕਿਹੜਾ ਰੱਬ ਬੈਠਾ ਜਿਹੜਾ ਸਾਨੂੰ ਬਚਾ ਲਏਗਾ। ਹਾਂ, ਦੂਸਰੀ ਗੱਲ ਇਹ ਆ ਵੀ ਲੋਕਾਂ ਦੇ, ਇਹ ਨਹੀਂ ਇਕੱਲਾ ਡਾਕਟਰਾਂ ਦਾ ਕੋਈ ਕਸੂਰ ਨਹੀਂ, ਜ਼ਿਆਦਾ ਪਬਲਿਕ ਦਾ ਵੀ, ਮਰੀਜ਼ਾਂ ਦਾ ਕਸੂਰ ਹੈ। ਸ਼ੂਗਰ ਹੋ ਗਈ, ਗੋਲੀ ਨਹੀਂ ਜੀ ਲੈਣੀ। BP ਹੋ ਗਿਆ, ਟੈਬਲੇਟ ਨਹੀਂ ਲੈਣੀ ਇਹਨਾਂ ਨੇ। ਉਦੋਂ ਲੈਣੀ ਹੈ ਜਦੋਂ ਜੀ ਪੁੱਛੋ ਵੀ ਤੁਹਾਡਾ 190 BP ਹੈ, ਤੁਸੀਂ ਗੋਲੀ ਨਹੀਂ ਲੈਂਦੇ? ਮੈਨੂੰ ਜੀ ਪਤਾ ਲੱਗ ਜਾਂਦਾ ਜਦੋਂ ਮੈਂ ਗੋਲੀ ਉਦੋਂ ਲੈਂਦੇ। ਤੁਸੀਂ ਦੱਸੋ ਵੀ ਜੇ ਪਤਾ ਲੱਗਣ ਵਾਲੀ ਤੁਹਾਡੇ ਅੰਦਰ ਕਿਹੜੀ ਐਸੀ ਮਸ਼ੀਨ ਹੈ ਜਿਹੜੀ ਦੱਸ ਦਿੰਦੀ ਵੀ ਤੁਸੀਂ ਗੋਲੀ ਉਦੋਂ ਲੈਣੀ ਹੈ? ਸ਼ੂਗਰ ਜਦੋਂ 300 ਦੇ ਕਰੀਬ ਹੋ ਗਈ, ਗੋਲੀ ਉਦੋਂ ਲੈਣੀ ਹੈ? ਉਹ ਅੱਖਾਂ ਦੀ ਰੋਸ਼ਨੀ ਜਿਹੜੀ ਹੈ, ਸਿਰਫ BP ਵੀ ਬਹੁਤ ਆ ਗਵਾਉਣ ਵਾਸਤੇ, ਸ਼ੂਗਰ ਅਤੇ ਸੋਨੇ ਅਤੇ ਸੁਹਾਗ ਹੋਏ ਦੋਵੇਂ ਚੀਜ਼ਾਂ, ਫਿਰ ਅੱਖਾਂ ਦੀ ਰੋਸ਼ਨੀ ਬਿਲਕੁਲ ਬੰਦ ਕਰ ਦਿੰਦੀ। ਮੈਂ ਸਾਰੇ ਖਾਸ ਕਰ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਵੀ ਸ਼ੂਗਰ ਤੋਂ ਜਿੰਨਾ ਹੋ ਸਕਦਾ ਬਚੋ, ਇਸ ਦੀ ਗੋਲੀ ਖਾਓ, ਕੋਈ ਦਵਾਈ ਖਾਓ, ਕੋਈ ਹਿੱਲਾ ਕਰੋ, BP ਦੀ ਗੋਲੀ ਖਾਓ, ਉਸ ਤੋਂ ਬਚੋ, ਨਮਕ ਜ਼ਿਆਦਾ ਨਾ ਖਾਓ, ਤਲੀਆਂ ਚੀਜ਼ਾਂ ਨਾ ਖਾਓ, ਅਤੇ ਇੱਕ ਮੋਬਾਈਲ ਤੋਂ ਬਚੋ। ਨਹੀਂ ਤਾਂ ਮੇਰੇ ਜਿੰਨੇ ਪੰਜਾਬੀ ਭੈਣ ਭਰਾ, ਛੋਟੇ ਬੱਚੇ ਮੈਂ ਦੇਖ ਰਿਹਾ, ਇਹ ਮੋਬਾਈਲ ਵੇਖ ਕੇ ਅੰਧੇਪਨ ਵੱਲ ਜਾ ਰਿਹਾ। ਡਾਕਟਰ ਸਾਹਿਬ, ਅਸੀਂ ਜ਼ਿਆਦਾ ਸਮਾਂ ਨਹੀਂ ਲਵਾਂਗੇ ਕਿਉਂਕਿ ਮਰੀਜ਼ ਵੀ ਚੈੱਕ ਕਰ ਰਹੇ ਨੇ। ਇਸ ਗੱਲ ਦਾ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਕਿ ਸਮੇਂ ਸਮੇਂ 'ਤੇ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਜ਼ਰੂਰ ਕਰਦੇ ਰਹਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਦੋਸਤੋ, ਨੈਚੁਰਲ ਵਿਜ਼ਨ ਲਗਾਤਾਰ ਤੁਸੀਂ ਗੱਲਬਾਤ ਕੀਤੀ ਕਿ ਮਰੀਜ਼ ਇੱਥੇ ਆਉਂਦੇ ਨੇ, ਇਲਾਜ ਉਹਨਾਂ ਦਾ ਤੁਸੀਂ ਆਪ ਹੀ ਦੇਖ ਚੁੱਕੇ ਹੋ, ਸਮਝ ਚੁੱਕੇ ਹੋ ਕਿ ਕਿੱਥੋਂ ਤੱਕ ਜੋ ਇਲਾਜ ਹੈ, ਕਿਵੇਂ ਇਲਾਜ ਹੁੰਦਾ। ਜੋ ਇਸ ਗੱਲ ਵੀ ਕਹਿੰਦੇ ਨੇ ਕਿ ਅਸੀਂ ਅੱਜ ਹੀ ਆਏ ਸੀ, ਡਾਕਟਰ ਸਾਹਿਬ ਕਹਿੰਦੇ ਨੇ 20 ਮਿੰਟ ਦੇ ਵਿੱਚ ਅਸਰ ਦਿਖਦਾ ਅਤੇ 20 ਮਿੰਟ ਦੇ ਵਿੱਚ ਅਸਰ ਉਹ ਦਿਖਦਾ ਵੀ ਹੈ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਸੇ ਸੁਧਾਰ 'ਤੇ। ਇਫ ਯੂ ਲਾਈਕ ਦਿਸ ਵੀਡੀਓ, ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ।